ਅਸਲਾਮੁਆਲੇਕਮ ਰਹਿਮਤੁਲਾਹ ਵ ਬਰਕਾਤੋ ਕੀ ਹਾਲ ਐ ਸਾਰੇ ਬਰਾਵਾਂ ਦਾ ਸਭ ਠੀਕ ਠਾਕ ਨੇ ਮੈਂ ਜਨਾਬ ਤੁਹਾਡਾ ਦੋਸਤ ਮੁੰਨਾ ਪਿੰਡੂ ਤੇ ਇਹ ਜਨਾਬ ਅਸੀਂ ਜਿਹੜੇ ਛੋਟੇ ਬੱਚੇ ਨੇ ਨਾ ਸਾਡੇ ਤਿੰਨ ਤਿੰਨ ਚਾਰ ਚਾਰ ਦਿਨ ਦੇ ਪੰਜ ਪੰਜ ਦਿਨ ਦੇ ਉਹਨਾਂ ਵਾਸਤੇ ਯੂਜ਼ ਕਰਨ ਲੱਗੇ ਆ ਇਹ ਜੀ ਸਾਨੂੰ ਮਤਲਬ ਕਿਉਂ ਜ਼ਰੂਰਤ ਪੇਸ਼ ਆਈ ਏ ਇਸ ਇੰਜੈਕਸ਼ਨ ਦੀ ਸਾਰਿਆਂ ਨੇ ਅਸੀਂ ਲਾਣ ਲੱਗੇ ਆ ਤੇ ਕਿਸ ਵਾਸਤੇ ਲਾਣ ਲੱਗੇ ਆ ਇਹ ਜੀ ਸਾਡੇ ਮਾਸ਼ਾਅੱਲਾ ਵਰਕਰ ਜਿਹੜੇ ਨੇ ਨਾ ਬਹੁਤ ਕਾਬਿਲ ਨੇ ਇਹ ਫਿਰਦੇ ਟਰਦੇ ਨੇ ਨੁਕਸ ਕੰਡੀ ਰੱਖਦੇ ਨੇ ਇਹ ਹੋ ਗਿਆ ਤੇ ਉਹ ਹੋ ਗਿਆ ਹੁਣ ਜਨਾਬ ਹੈ ਫਿਦਰ ਸਾਹਿਬ ਨੇ ਪਿਆ ਦੁੱਧ ਤੇ ਉਹਨਾਂ ਜਨਾਬ ਮੇ ਨਾਲ ਇਨਫਾਰਮੇਸ਼ਨ ਦੇ ਦਿੱਤੀ ਹੈ ਕਿ ਬੱਚੇ ਜਿਹੜੇ ਨੇ ਨਾ ਉਹਨਾਂ ਦੇ ਪ੍ਰੋਬਲਮ ਚੱਲ ਰਹੀ ਹੈ ਛੋਟੇ ਜਿਹੜੇ ਨੇ 4 4 5 5 ਦਿਨਾਂ ਦੇ ਨਾਲ ਬਾਕੀ ਮਾਸ਼ਾਅੱਲਾ ਅਲhamdulillah ਐਕਟਿਵ ਨੇ ਇਹ ਜਿਹੜੇ ਛੋਟੇ 4 5 ਦਿਨਾਂ ਦੇ ਨੇ ਉਹਨਾਂ ਨੂੰ ਪ੍ਰੋਬਲਮ ਚੱਲ ਰਹੀ ਹੈ ਕੀ ਪ੍ਰੋਬਲਮ ਚੱਲੀ ਹੈ ਕਿਸ ਕੀ ਮਸਲਾ ਬਣਿਆ ਦੇਖਨੇ ਆ ਤੇ ਕਿਉਂ ਸੀ ਹੁਣ ਲਾਣ ਲਗੇ ਇਧਰ ਸਾਹਿਬ ਕੋਲ ਪੁੱਛਣੇ ਆ ਇਹਨਾਂ ਨੋਦ ਲਾਜ ਲਓ ਜੀ ਖਜ਼ਰ ਸਾਹਿਬ ਜਿਹੜਾ ਨਾ ਉਹ ਆ ਗਏ ਨੇ ਬੜੇ ਲਵਰ ਨੇ ਜਨਾਬੇ ਬકરી ਦੇ ਤੇ ਇਹਨਾਂ ਦਾ ਦਿਲ ਹੁੰਦਾ ਕਿ ਨਿਕਾ ਇੱਕ ਬੱਚਾ ਜਿਹੜਾ ਨਾ ਉਹ ਗਾਰੀ ਲਾਣ ਲੈ ਜਾਏ ਇਤਨੇ ਆਨੰਦ ਦੇ ਲਗੀ ਤੇ ਮਤਲਬ ਅੱਗੋਂ ਫਿਰ ਸਵੇਰੇ ਦੇ ਹੀ ਨਾ ਗਾਰੀ ਰੱਖੀ ਰੱਖੀ ਇੰਮੇ ਜਨਾਬ ਇਹ ਲਵਰ ਕਰ ਇਹ ਬੱਕਰੀ ਹੁਣ ਜਨਾਬ ਖਿਦਰ ਸਾਹਿਬ ਕੋਲੋਂ ਪੁੱਛਨੇ ਆ ਕਿ ਜਿਹੜੇ ਬਹੁਤ ਕਾਬਲ ਬੰਦੇ ਨੇ ਸਾਡੇ ਆਸ਼ਰਮ ਸਾਹਿਬ ਜਿਹੜੇ ਨੇ ਟੁਰ ਗਏ ਨੇ ਅੱਜ ਵੇਲੇ ਨਾਰੀ ਕਿਉਂਕਿ ਕਦਾਂ ਲੂਸਣ ਦੀ ਕਟਾਈ ਛਟਾਈ ਚੱਲਦੀ ਏ ਥੱਕੇ ਆਣ ਗੱਲਬਾਤ ਨਹੀਂ ਉਹਨਾਂ ਸਾਡੀ ਸੁਣੀ ਲਿਆਦਾ ਟੁਰ ਗਏ ਨੇ ਤੇ ਹੁਣ ਇਹਨਾਂ ਐ ਦੱਸਿਆ ਤੇ ਖਿਦਰ ਸਾਹਿਬ ਕੋਲੋਂ ਪੁੱਛਨੇ ਆ ਜੀ ਖਿਦਰ ਸਾਹਿਬ ਨੇ ਦੱਸਿਆ ਜੀ ਜਿਸਲੇ ਬੱਚਿਆਂ ਨੂੰ ਦੁੱਧ ਪਿਲਾਇਆ ਤੇ ਇਹਨਾਂ ਮੈਂ ਦੱਸਿਆ ਕਿ ਜੀ ਬੱਚੇ ਜਿੰਨੇ ਵੀ ਨੇ ਨਾ ਇੱਕ ਜਿਹੜਾ ਵੱਡਾ ਬੱਚਾ ਹਫਤੇ ਦਾ ਉਹਦੇ ਬਿਲਕੁਲ ਆ ਕੇ ਜਿਹੜਾ ਨਾ ਰੁਗ ਗਿਆ ਨਸਾਂ ਦੇ ਉੱਤੇ ਆ ਕੇ ਜ਼ੁਕ ਇਹ ਜਿਹੜੇ ਛੋਟੇ ਨੇ ਨਾ ਤਿੰਨ ਚਾਰ ਬੱਚੇ ਕੋਈ ਦੋ ਦੋ ਦਿਨ ਦਾ ਕਿ ਤਿੰਨ ਦਿਨ ਦਾ ਵਾ ਇਹਨਾਂ ਦੇ ਵੀ ਜਿਹੜਾ ਹੈ ਨਾ ਮਜ਼ੀਦ ਉਹ ਚੱਲੀ ਜਾ ਰਿਹਾ ਵੇ ਥੋੜਾ ਥੋੜਾ ਜਿਹੜਾ ਹੈ ਨਾ ਜ਼ੁਕਾਮ ਉੱਤੇ ਚੱਲੀ ਜਾ ਰਿਹਾ ਉਹ ਤੋਂ ਫਿਰ ਜੀ ਇੱਕ ਸਾਡੇ ਸੀਨੀਅਰ ਰਹਿਨਮਾਨ ਨਾਲ ਉਹਨਾਂ ਨੇ ਅਸੀਂ ਡਿਸਕਸ ਕਰ ਲੈਂਦੇ ਹੁੰਨੇ ਆ ਉਹਨਾਂ ਨੂੰ ਕਾਲ ਕੀਤੀ ਉਹਨਾਂ ਆ ਕਿ ਜੀ ਜਿੱਥੇ ਤੱਕ ਸਨ ਸ਼ੱਕ ਪੈ ਰਿਹਾ ਕਿ ਇਹਨਾਂ ਨੂੰ ਨਮੂਨਿਆਂ ਦੀ ਸ਼ਿਕਾਇਤ ਹੋ ਰਹੀ ਤੇ ਇਸ ਵਾਸਤੇ ਜੀ ਅਸੀਂ ਇਹਨਾਂ ਨੂੰ ਹੁਣ ਨਾਲ ਇੱਕ ਇੱਕ ਦਿਨ ਦੇ ਟੈਲੋਪੀਨ ਦਾ ਸ਼ਾਰਟ ਤੇ ਇਨਸ਼ਾ ਅੱਲਾਹ ਅੱਲਾ ਦੇ ਹੁਕਮ ਨਾਲ ਇਹ ਸੁਬਾ ਤੱਕ ਤਾਂ ਕਿ ਜਿਹੜਾ ਨਾ ਠੀਕ ਖਿਦਰ ਸਾਹਿਬ ਦੋਸਤ ਬੜਾ ਗੈਸ ਤੇ ਤੁਹਾਡਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਹਾਂਜੀ ਕੀ ਤੁਸੀਂ ਫੀਲ ਕੀਤਾ ਸਾਰਿਆਂ ਦਾ ਇੱਕੋ ਜਿਹਾ ਜਾਂ ਕਿਸੇ ਦਾ ਟਾਟ ਵਿੱਚ ਆ ਜੀ ਕਿਹਨਾਂ ਦਾ ਸੌਗ ਗਿਆ ਕਿਹਨਾਂ ਦਾ ਹੈ ਜੀ ਕਈਆਂ ਦਾ ਉੱਤੇ ਅੱਖ ਸੌਗ ਜਾਂਦਾ ਹੈ ਹਾਂਜੀ ਠੀਕ ਹੋ ਗਿਆ ਮਬਾਜ ਵਾ ਖਿਦਰ ਸਾਹਿਬ ਜਨਾਬ ਦੱਸ ਦਿੰਦੇ ਨੇ ਹੁਣ ਇਹ ਲਾਣ ਦੇ ਇੰਜੈਕਸ਼ਨ ਮੈਂ ਜੀ ਤਕਰੀਬਨ ਇਹਦਾ ਜਿਹੜੇ ਮੇਰੇ ਦੋਸਤ ਨੇ ਨਾ ਦੋਵੇਂ ਦੋ ਵੀ ਮੇਰੇ ਕੋਲ ਦੋਸਤ ਨੇ ਤੇ ਮੈਂ ਜੀ ਇਹ ਨਾ ਨਕਸਰਾਦਾ ਹੁਣਾ ਬਤ ਕੋਸ਼ਿਸ਼ ਕਰਕੇ ਨਾ ਯਾਰ ਤੁਸੀਂ ਸਾਰਾ ਜਿਹੜਾ ਨਾ ਉਹ ਸਿੱਖ ਜਾਓ ਕਿਉਂ ਨਾਲ ਸੈਲਰੀ ਮਿਲ ਰਹੀ ਹੈ ਨਾਲ ਸਿੱਖਣ ਦਾ ਮੌਕਾ ਵੀ ਮਿਲੇ ਆ ਤੇ ਚਲੋ ਜਿਤਨਾ ਸਾਡੇ ਕੋਲ ਪ੍ਰੈਕਟੀਕਲ ਹੈ ਨਾਲੇਜ ਹੈ ਤੁਸੀਂ ਵੀ ਨਾਲ ਸਿੱਖ ਜਾਓ ਇੱਥੇ ਨਾ ਸੇ ਯਾਰ ਕਿਸੇ ਹੋਰ ਜਗ੍ਹਾ ਤੇ ਚਲੇ ਜਾਓ ਦੇ ਨਾ ਤੇ ਚਲੋ ਕਾਮਯਾਬ ਰਹੋ ਦੇ ਕਦੀ ਦੁਆ ਕਰਦੇ ਕਿਉਂਕਿ ਵੇਖੋ ਜੀ ਬੱਕਰੀ ਦਾ ਜਿਹੜਾ ਬਾਲਾ ਥੋੜੀ ਬਾਲਾ ਬੰਦਾ ਸਮਝ ਰੱਖਦਾ ਨਾ ਉਦੀ ਦੁਨੀਆ ਜਿਹੜੀ ਹੈ ਨਾ ਉਹਦੀ ਫੈਨ ਹੈ ਤੇ ਚਲੋ ਕਿਸੇ ਨਾ ਕਿਸੇ ਫਾਰਮ ਤੇ ਆ ਦੇ ਵਰਕਰ ਥੋੜਾ ਬਾਲਾ ਬਕਰੀਨ ਸਮਝਦਾ ਹੋਵੇ ਤੇ ਕਾਫੀ ਬਰਾਏ ਸੈਣ ਜਿਨ੍ਹਾਂ ਨੂੰ ਮਤਲਬ ਹੁੰਦਾ ਕਿ ਯਾਰ ਥੋੜਾ ਵਰਕਰ ਇਸ ਤਰ੍ਹਾਂ ਦਾ ਲੱਭ ਜਾ ਜਿਹੜਾ ਥੋੜਾ ਬਾਲਾ ਨਾ ਕੰਮ ਨੂੰ ਵੀ ਸਮਝੇ ਤੇ ਇਹਨਾਂ ਦੀ ਮੈਂ ਇਹਨਾਂ ਦੇ ਉੱਤੇ ਜੀ ਦਸਤਾ ਹੈਵਾਂ ਇਹਨਾਂ ਨਾਲ ਨਾਲ ਉੱਤੇ ਖਲੋ ਕੇ ਇਹਨਾਂ ਨੂੰ ਦਸਨਾ ਇੰਜੈਕਸ਼ਨ ਲਾਓ ਇਹ ਚੀਜ਼ ਦਿਓ ਇਹ ਦੇਓ ਉਹ ਦਿਓ ਇਹ ਸਮਝਦਾਰ ਨਹੀਂ ਜੀ ਕਾਫੀ ਸ਼ੁਕਰ ਹੈ ਅੱਲਾ ਦਾ ਮਤਲਬ ਵਾਦਰ ਉਧਰ ਥੋੜਾ ਬਾਲਾ ਗਿਆ ਇਹਨਾਂ ਨੂੰ ਫੋਨ ਤੇ ਦੱਸ ਦਈਏ ਤੇ ਸਮਝ ਜਾਂਦੇ ਨੇ ਕਿ ਕਿਹੜਾ ਇੰਜੈਕਸ਼ਨ ਲਾਣਾ ਹੈ ਕੀ ਹੈ ਮਤਲਬ ਮੇਨ ਜੀ ਚੀਜ਼ ਹੁੰਦੀ ਹੈ ਕਿ ਦੱਸਣਾ ਸਹੀ ਗਾਈਡ ਕਰਨਾ ਬੰਦੇ ਅਗਲੇ ਨੂੰ ਸਹੀ ਸਮਝਾਣਾ ਵੈਨ ਬਿਮਾਰੀ ਕੀ ਹੈ ਮੋਣੀ ਅਗਲਾ ਬੰਦਾ ਹੋ ਦਵਾਈ ਇੰਜੈਕਸ਼ਨ ਦਾ ਸਕਦਾ ਹੈ ਜਾਂ ਤੁਸੀਂ ਉਸ ਨੂੰ ਲਾ ਸਕਦੇ ਹੋ ਨਾ ਤੇ ਹੁਣ ਜੀ ਖਿਦਰ ਸਾਹਿਬ ਹੀ ਲਾਣ ਦੇ ਇਨਾਂ ਇੰਜੈਕਸ਼ਨ ਮੈਂ ਸਪੋਰਟ ਕਰਾਂਦਾ ਇਨਾਂ ਦੀ ਨਾਲ ਬੱਕਰਾ ਬੱਚਾ ਜਿਹੜਾ ਨੋ ਫੱਦਾ ਦਾ ਤਾਂ ਕਿ ਨੈਕਸਟ ਅੱਗੋਂ ਮੈਂ ਕਰਾਂ ਇਦੇ ਉਦੇ ਸੱਜੇ ਖੱਬੇ ਹੋ ਜਾਵਾਂ ਅਗਲੀ ਵਾਰੀ ਇਹ ਆਪੇ ਜਿਹੜਾ ਨਾ ਇਹ ਛੋਟੇ ਬੱਚੇ ਨੂੰ ਇੰਜੈਕਸ਼ਨ ਲਾ ਲੈਣ ਪਰੇਸ਼ਾਨੀ ਨਾ ਬਣੇ ਤੇ ਖਿਦਰ ਸਾਹਿਬ ਤੁਸੀਂ ਲਿਆਓ ਇਹ ਬੱਚੇ ਨੂੰ 2 ਮਿੰਟ ਲਾਓ ਹੱਥਲੇ ਉਹ ਇੰਜੈਕਸ਼ਨ ਚਾ ਕੇ ਲਾਓ भाई तो चिड़वा <laughs> जी इंजेक्शन नहीं इंजेक्शन तो पुराना पे आई आपने को